ਅਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ। ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲਸ ਇਸ ਟਾਈਮ ਫੋਨ ਲਾਈਨ ਦੇ ਉੱਤੇ ਹੈਗੀਆਂ, ਤੁਹਾਡੇ ਪ੍ਰਤੀਕਰਮ ਆਪਾਂ ਜਾਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਲਜੀਤ ਭਾਟੀਆ ਬੋਲ ਰਿਹਾ, ਮੈਰੀਅਟ ਓਕਲਾਹੋਮਾ ਤੋਂ। ਜੀ ਭਾਟੀਆ ਜੀ, ਠੀਕ ਹੋ? ਮੈਂ ਹਾਂਜੀ ਬਿਲਕੁਲ ਵਧੀਆ ਜੀ। ਮੈਂ ਕਹਿੰਦਾ ਸੀ ਰਿਆਜ਼ ਸਾਹਿਬ ਵਾਂਗੂ ਕਿਤੇ ਫੋਨ ਕੱਟਦੇ ਨਹੀਂ ਹੋਗੇ? ਨਹੀਂ ਨਹੀਂ ਜੀ, ਨਹੀਂ ਜੀ, ਤੁਸੀਂ ਆਪਣੇ ਵਿਚਾਰ ਰੱਖੋ ਜੀ। ਅਗਰ ਤੁਹਾਡਾ ਮੁੱਦਾ ਜਿਹੜੇ ਤੁਹਾਡੇ ਵਿਚਾਰ ਨੇ ਮੁੱਦੇ ਤੋਂ ਸੰਬੰਧਿਤ ਨੇ ਤਾਂ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਹਾਂਜੀ, ਮੈਂ ਕਹਿਣ ਲੱਗਾ ਜੀ ਤੁਹਾਡੇ ਨਾਲ ਭਾਈ ਸਾਹਿਬ ਬੈਠਿਆਂ ਨੇ ਬੜੀ ਵਧੀਆ ਗੱਲ ਕਹੀ ਸੀਗੀ, ਚਾਬੀ ਵਾਲੀ ਗੱਲ ਕਹੀ ਸੀਗੀ। ਜੀ ਜੀ ਹਾਂਜੀ, ਚਾਬੀ ਕਹਿੰਦੇ ਨੇ ਅਮਰੀਕਾ 'ਚ ਨਾ 14 ਸਾਲ ਦੇ ਬੱਚੇ ਨੂੰ ਵੀ ਦੇ ਦਿਓ ਨਾ। ਜੀ ਜੀ ਜੀ, ਉਹ ਬੜੀ ਵਧੀਆ ਗੱਡੀ ਚਲਾਉਂਦਾ। ਜੀ ਜੀ ਜੀ, ਤੇ ਜੇ ਤੁਸੀਂ ਇਹੀ ਚਾਬੀ ਇੰਡੀਆ ਦੇ ਲੈ ਕੇ ਚਲ ਜਾਓ ਜੀ, ਉੱਥੇ ਕਿੰਨੇ ਮਰਜ਼ੀ ਸੁਲਝਵਾਨ ਨੇਤਾ ਨੂੰ ਵੀ ਲੈ ਲਓ ਨਾ ਨਾਲ ਦੁਆਰਾ ਜੀ, ਤੇ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਦੁਆਰਾ ਮੇਰਾ ਖਿਆਲ ਨਹੀਂ ਕਿ ਆਮ ਆਦਮੀ ਪਾਰਟੀ ਆਏਗੀ। ਜੀ ਜੀ ਜੀ, ਤੁਹਾਡੀ ਗੱਲ ਕੰਪਲੀਟ ਹੋ ਗਈ ਭਾਟੀਆ ਜੀ? ਨਹੀਂ, ਹਜੇ ਹੋਈ ਨਹੀਂ। ਮੈਂ ਸੋਚਦਾ ਸੀ ਸ਼ਾਇਦ ਤੁਸੀਂ ਸੁਣ ਰਹੇ ਹੋ ਕਿ ਨਹੀਂ। ਨਹੀਂ, ਬਿਲਕੁਲ ਸੁਣ ਰਿਹਾ ਜੀ, ਔਰ ਫੋਨ ਵੀ ਨਹੀਂ ਕੱਟਿਆ ਸੀ, ਤੁਸੀਂ ਆਪਣੀ ਗੱਲ ਰੱਖੋ। ਇਹ ਕਹਿਣਾ ਚਾਹੁੰਦਾ ਸੀਗਾ ਵੀ ਜਿੰਨੇ ਮਰਜ਼ੀ ਸੂਝਵਾਨ ਲੈ ਲੈਣ ਜੀ, ਕਿਉਂਕਿ ਆਪਣੇ ਖਹਿਰਾ ਸਾਹਿਬ ਪਹਿਲਾਂ ਕੈਲੀਫੋਰਨੀਆ ਆਏ ਸੀ, ਉਦੋਂ ਆਪਣੇ ਕਾਂਗਰਸ ਦੇ ਵਿੱਚ ਹੁੰਦੇ ਸੀਗੇ। ਜੀ ਜੀ, ਅਸੀਂ ਬੜੀ ਡੋਨੇਸ਼ਨ ਦਿੱਤੀ ਸੀ ਉਹਨਾਂ ਨੂੰ। ਜੀ ਜੀ, ਬੜੇ ਵਧੀਆ ਬੁਲਾਰੇ ਨੇ। ਜੀ ਜੀ, ਉਹਨਾਂ ਤੋਂ ਵੱਡਾ ਬੁਲਾਰਾ ਕੋਈ ਨੀ ਮੇਰੇ ਹਿਸਾਬ ਨਾਲ। ਕੇਜਰੀਵਾਲ ਦੀ ਸਰਕਾਰ ਤੇ ਫਿਨਿਸ਼ ਹੋ ਚੁੱਕੀ ਹੈ, ਆਮ ਆਦਮੀ ਪਾਰਟੀ ਵੀ ਫਿਨਿਸ਼ ਹੋ ਚੁੱਕੀ ਹੈ। ਜੀ, ਮੇਰੇ ਹਿਸਾਬ ਨਾਲ ਅਗਲਾ ਉਹਨਾਂ ਦਾ ਜਿਹੜਾ ਸਟੈਪ ਹੋਏਗਾ ਉਹ ਕਾਂਗਰਸ ਦੇ ਵਿੱਚ ਦੁਬਾਰਾ ਵਾਪਸ ਆਣਗੇ। ਇਹ ਤਾਂ ਚਲੋ ਹੁਣ ਖੈਰ ਆਉਣ ਵਾਲਾ ਸਮਾਂ ਦੱਸੇਗਾ ਭਾਟੀਆ ਜੀ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਤੁਸੀਂ ਆਪਣੇ ਵਿਚਾਰ ਰੱਖੇ। ਹੋਰ ਵੀ ਕਾਲਰਸ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਵਰਮਾ ਬੋਲ ਰਿਹਾ ਜੀ, ਐਲਏ ਤੋਂ। ਹਾਂਜੀ ਵਰਮਾ ਜੀ, ਠੀਕ ਹੋ? ਹਾਂਜੀ ਸਭ ਵਧੀਆ ਵੀਰ ਜੀ। ਵਰਮਾ ਜੀ, ਕੀ ਕਹਿਣਾ ਚਾਹੋਗੇ? ਮੈਂ ਵੀਰੇ ਬਾਕੀ ਖੈਰ ਬਾਕੀ ਹੋਰ ਲੰਬੀ ਰਾਜਨੀਤੀ ਦੇ ਵਿੱਚ ਨਹੀਂ ਕੁਛ ਜ਼ਿਆਦਾ ਲੰਬਾ ਬੋਲਣਾ ਚਾਹੁੰਦਾ ਜੀ, ਲੇਕਿਨ ਅਸਲ 'ਚ ਕਿਹਾ ਕਿ ਚਾਹੇ ਉਹਦੇ ਵਿੱਚ ਕੋਈ ਵੀ ਬੰਦਾ ਖਹਿਰਾ ਆਵੇ, ਸੁੱਚਾ ਸਿੰਘ ਆਵੇ, ਭਗਵੰਤ ਮਾਨ ਆਵੇ, ਕੋਈ ਆਵੇ, ਇਹ ਸਾਰੇ ਨੇ ਛੱਡਣਾ ਤਾਂ ਪੰਜਾਬ ਨੂੰ ਕਿਸੇ ਨੇ ਨਹੀਂ ਹੈਗਾ। ਅਸਲ 'ਚ ਕੀ ਆ ਕਿ ਇਹ ਚੀਜ਼ ਜਦੋਂ ਤੱਕ ਉਹ ਚੀਜ਼ ਬੰਦੇ ਨੇਤੇ ਨਹੀਂ ਆਉਂਦੇ ਕਿ ਉਹ ਇੱਕ ਵਾਰੀ ਕਸਮ ਖਾ ਲੈਣ ਕਿ ਅਸੀਂ 5 ਸਾਲ ਵਾਸਤੇ ਦੇਸ਼ ਨੂੰ ਪੰਜਾਬ ਨੂੰ ਬਚਾਉਣਾ ਆ ਜੀ, ਤੇ ਤਾਂ ਪੰਜਾਬ 5 ਸਾਲਾਂ ਦੇ ਵਿੱਚ ਬਚ ਕੇ ਤੇ ਦੁਬਾਰਾ ਆਪਣੇ ਪੈਰ ਖੜੇ ਕਰ ਸਕਦਾ। ਜੀ 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 ਜੀ, ਲੇਕਿਨ ਇਹ ਚੀਜ਼ ਚਾਹੇ ਸਰਕਾਰ ਕਾਂਗਰਸ ਦੀ ਚਾਹੇ ਅਕਾਲੀਆਂ ਦੀ ਆ ਗਈ, ਬਖਸ਼ਦਾ ਕੋਈ ਵੀ ਨੀ ਪਿਆ, ਨਾ ਵੀ ਇਹਨਾਂ ਨੇ ਵੀ ਨੀ ਆ ਕੇ ਬਖਸ਼ਣਾ। ਜੀ ਜੀ ਜੀ, ਉਸ ਕਰਕੇ ਮੈਂ ਖਹਿਰਾ ਜਾਂ ਭਗਵੰਤ ਮਾਨ ਸਾਰਿਆਂ ਨੂੰ ਇੱਕ ਵਾਢੇ ਤੋਂ ਹੀ ਇੱਕ ਗੇਮ ਚ ਬੋਲ ਰਿਹਾ। ਜੀ ਜੀ ਹਾਂਜੀ, ਬਹੁਤ ਬਹੁਤ ਧੰਨਵਾਦ ਵਰਮਾ ਜੀ, ਤੁਸੀਂ ਆਪਣੇ ਪ੍ਰਤੀਕਰਮ ਸਾਡੇ ਸਾਹਮਣੇ ਰੱਖੇ। ਮੈਂ ਦੇਖ ਪਾ ਰਿਹਾ ਕਾਫੀ ਸਾਰੀ ਕਾਲਸ ਇਸ ਟਾਈਮ ਕਿਊ ਦੇ ਵਿੱਚ ਹੈਗੀਆਂ। ਮੈਨੂੰ ਇੱਥੇ ਸਮਾਂ ਇਜਾਜ਼ਤ ਇੱਕ ਨਿੱਕੇ ਜਿਹੇ ਵਕਫੇ ਲਈ ਦੇ ਰਿਹਾ, ਔਰ ਵਕਫੇ ਤੋਂ ਬਾਅਦ ਜਦ ਵਾਪਸ ਆਵਾਂਗਾ ਲਵਾਂਗਾ ਤੁਹਾਡੀ ਫੋਨ ਕਾਲਸ ਇਸ ਬ੍ਰੇਕ ਤੋਂ ਉਸ ਪਾਰ।